1 ਜੂਨ ਨੂੰ ਜਿੱਥੇ ਵੋਟਾਂ ਪੈ ਰਹੀਆਂ ਹਨ, ਸਾਰਾ ਹੀ ਪ੍ਰਸ਼ਾਸਨ ਵੋਟਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਵਿੱਚ ਲੱਗਾ ਹੋਇਆ ਹੈ। ਦੂਸਰੇ ਪਾਸੇ ਲੁਟੇਰੇ ਆਪਣਾ ਦਾਅ ਲਾ ਰਹੇ ਹਨ। ਕੰਦੋਲਾ ਕਲਾਂ ਤੋਂ ਆਪਣੀ ਲੜਕੀ ਨੂੰ ਮਿਲਣ ਆਏ ਪਿੰਡ ਬਖਲੌਰ, ਜਦੋਂ ਲੜਕੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਵਾਪਸ ਜਾਣਾ ਸੀ ਅਤੇ ਬਖਲੌਰ ਗੜੀ ਦੇ ਮੋੜ 'ਤੇ ਜੋ ਮਿੰਨੀ ਬੱਸ ਅੱਡਾ ਹੈ ਉੱਤੇ ਬੈਠ ਕੇ ਟੈਂਪੂ ਜਾਂ ਬੱਸ ਦੀ ਉਡੀਕ ਕਰ ਰਹੀਆਂ ਸਨ ਕਿ ਦੋ ਨੌਜਵਾਨ, ਜਿਨ੍ਹਾਂ ਵਿੱਚੋਂ ਇੱਕ ਨੇ ਮੂੰਹ ਢੱਕਿਆ ਹੋਇਆ ਸੀ, ਪਹਿਲਾਂ ਮੋਟਰਸਾਈਕਲ ਸਵਾਰਾਂ ਨੇ ਇਹਨਾਂ ਔਰਤਾਂ ਤੋਂ ਰਸਤਾ ਪੁੱਛਿਆ ਕਿ ਗੜੀ ਨੂੰ ਕਿਹੜਾ ਰਸਤਾ ਜਾਂਦਾ ਹੈ, ਅਤੇ ਮੌਕਾ ਦੇਖ ਕੇ ਉਹਨਾਂ ਨੇ ਦਾਤ ਕੱਢ ਲਿਆ ਅਤੇ ਉਹਨਾਂ ਔਰਤਾਂ ਕੋਲੋਂ ਜੋ ਬੈਗ ਜਾਂ ਪਰਸ ਵਗੈਰਾ ਸੀ ਸਾਰਾ ਸਮਾਨ ਖੋਹ ਲਿਆ, ਜਿਸ ਵਿੱਚ ਔਰਤਾਂ ਦੇ ਦੱਸਣ ਮੁਤਾਬਕ 2 ਫੋਨ ਅਤੇ 1 ਵਿੱਚ 3000 ਰੁਪਏ ਅਤੇ 1 ਵਿੱਚ 1000 ਰੁਪਇਆ ਸੀ। ਲੁਟੇਰੇ ਇਹ ਸਮਾਨ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਹੀ ਮੁਕੰਦਪੁਰ ਪੁਲਿਸ ਪਹੁੰਚੀ ਅਤੇ ਉਹ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਆਓ ਦੇਖਦੇ ਹਾਂ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਇਹ ਪੂਰੀ ਰਿਪੋਰਟ। ਵੀਡੀਓ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਅੱਛਾ ਜੀ, ਇਧਰੋਂ ਜਾ ਕੇ ਚੱਕਦਾ ਨਹੀਂ ਨੰਗੇ ਸਾਡੇ ਕੋਲ ਦੀ ਗਏ ਆ। ਉਧਰੋਂ ਆ ਕੇ ਫੇਰ ਦੁਬਾਰਾ ਆ ਕੇ ਮੈਨੂੰ ਪੁੱਛਿਆ, ਕਹਿੰਦਾ ਆਂਟੀ ਗੜੀ ਨੂੰ ਰਾਹ ਕਿਹੜਾ ਜਾਂਦਾ? ਮੈਂ ਬਾਹਰ ਨਾ ਅੱਗੇ, ਮੈਂ ਕਿਹਾ ਆ ਜਾਂਦਾ ਆ। ਉਹ ਇੱਦਾਂ ਮੈਂ ਬਾਹਰ ਕੀਤੀ ਆ, ਇੱਦਾਂ ਤਾਂ ਮੋਟਰਸਾਈਕਲ ਤੋਂ ਉੱਤਰ ਕੇ ਇੱਦਾਂ ਦੋਨੇ ਬੈਗ ਪਾੜ ਕੇ ਪਾਰ ਤਾਂ ਖਿੱਚ ਕੇ ਤਾਂ ਤੁਰ ਪਿਆ। ਐਡਾ ਬੜਾ ਦਾਤ ਤੇ ਬੈਗ ਵਿੱਚ ਕੀ ਸੀਗਾ? ਬੈਗ ਸਾਡੇ ਫੋਨ ਸੀਗੇ 2, ਠੀਕ ਹੈ ਜੀ, 3000 ਰੁਪਇਆ ਸੀਗਾ, 3000 ਰੁਪਏ ਤੇ ਨੌਜਵਾਨ ਸੀ ਕਿੱਦਾਂ ਦੇ ਸੀਗੇ? ਮੂੰਹ ਢੱਕੇ ਸੀ, ਮੂੰਹ ਨੰਗੇ ਸੀਗੇ? ਉਮਰ ਕਿੰਨੀ ਸੀ ਉਹਨਾਂ ਦੀ? ਦੋਹਾਂ ਦੀ ਨਹੀਂ ਸੀਗੀ। ਮੋਟਰਸਾਈਕਲ ਦਾ ਕਲਰ ਪਤਾ ਕਿੱਦਾਂ ਸੀਗਾ? ਅੱਛਾ ਜੀ, ਤੇ ਖੋ ਕੇ ਕਿੱਧਰ ਨੂੰ ਚੱਲ ਗਿਆ ਉਹ? ਠੀਕ ਹੈ ਜੀ। ਅੱਛਾ ਜੀ, ਤੇ ਹਜੇ ਇਹਦੇ ਸੰਬੰਧੀ ਕੋਈ ਰਿਪੋਰਟ ਵੀ ਲਿਖਾਈ ਹੈ? ਬਾਕੀ ਦੇਖ ਲੈਂਦੇ ਹਾਂ। ਪੁਲਿਸ ਵਾਲਿਆਂ ਨੂੰ, ਪੁਲਿਸ ਥਾਣਾ ਮੁਕੰਦਪੁਰ ਨੂੰ ਸੂਚਿਤ ਕਰ ਦਿੱਤਾ ਗਿਆ ਆ ਅਤੇ ਉਹ ਮੁਲਾਜ਼ਮ ਆ ਰਹੇ ਆ, ਬਾਕੀ ਦੇਖ ਲੈਂਦੇ ਕਿੱਦਾਂ ਗੱਲ ਬਣਦੀ ਆ। ਅਤੇ ਮੇਰੇ ਕੋਲ ਹੋਰ ਵੀ ਕੋਈ ਪਿੰਡ ਵਾਲੇ ਇਕੱਠੇ ਹੋਏ ਨੇ, ਆਪਾਂ ਉਹਨਾਂ ਕੋਲ ਪੁੱਛਦੇ ਹਾਂ ਵੀ ਕੀ ਮਸਲਾ, ਕੀ ਹੋਣਾ ਚਾਹੀਦਾ ਇਹ। ਵਿੱਕੀ ਨੂੰ, ਵਿੱਕੀ ਨੇ ਲਾਉਂਦੇ ਆ ਦੇ ਵਿੱਕੀ ਦਾ ਨੰਬਰ। ਹਾਂਜੀ, ਦੱਸੋ ਵੀ ਆਹ ਆਏ ਦਿਨ ਲੁੱਟ ਖੋਹ ਹੋ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਬਾਰੇ ਦੇਖੋ ਜੀ, ਦੁਕਾਨ ਆਪਣੀ ਦੁਕਾਨ 'ਤੇ ਸੀਗਾ, ਇੱਥੇ ਥੋੜ੍ਹੀ ਦੂਰ 'ਤੇ ਸਾਡੀ ਮੇਰੀ ਸ਼ੌਪ ਹੈ, ਚਿਕਨ ਸ਼ੌਪ ਆ।
ਇਧਰੋਂ ਦੋ ਲੇਡੀਜ਼ ਆਈਆਂ ਆ, ਇਧਰੋਂ ਮੁੰਡੇ ਨੇ ਦੱਸਿਆ ਕਹਿੰਦਾ ਵੀ ਮੈਂ ਸਮਾਨ ਨੂੰ ਖੋ ਕੇ ਲੈ ਗਏ ਆ ਅਤੇ ਦਾਤ ਦਿਖਾ ਕੇ ਤਾਂ ਅਸੀਂ ਉੱਧਰੋਂ ਆ ਕੇ ਇਹਨਾਂ ਨੂੰ ਪੁੱਛਿਆ ਪਾਣੀ ਤੁਹਾਨੂੰ ਪਾਇਆ ਵੀ ਕੀ ਗੱਲਬਾਤ ਹੋਈ ਆ, ਅਤੇ ਕਹਿੰਦੇ ਦੋ ਮੋਬਾਈਲ ਆ 4000 ਰੁਪਇਆ ਕਰੀਬ ਇਹਨਾਂ ਦਾ, ਜੋ ਦਾਤ ਦਿਖਾ ਕੇ ਇਹਨਾਂ ਦਾ ਖੋ ਕੇ ਨੱਚ ਭੱਜ ਗਏ ਆ, ਅਤੇ ਇੱਥੇ ਹੁਣ ਇਹਨਾਂ ਨੂੰ ਲਿਆ ਕੇ ਬਤਾ ਲਿਆ ਅਤੇ ਪਾਣੀ ਤੁਹਾਨੂੰ ਪਿਲਾਇਆ ਅਤੇ ਖਾਣੇ ਤੋਂ ਪ੍ਰਸ਼ਾਸਨ ਤੋਂ ਮੰਗ ਮੰਗ ਤਾਂ ਇਹੀ ਆ ਵੀ ਆਉਂਦੇ ਜਾਂਦੇ ਵਾਲੀਆਂ ਲੁੱਟਾਂ ਖੂਹਾਂ ਹੁੰਦੀਆਂ ਆ, ਥੋੜ੍ਹੇ ਕੁ ਦਿਨ ਹੋਇਆ ਗਲੀ ਵਾਲੇ ਪੌਲ ਤੋਂ ਇੱਕ ਸਾਈਕਲ ਵਾਲਾ ਤੁਰਿਆ ਆਉਂਦਾ ਸੀਗਾ, ਉਹਦੇ ਥੱਪੜ ਮਾਰੇ ਉਹਦਾ ਮੋਬਾਈਲ 'ਤੇ 200 ਰੁਪਇਆ ਖੋ ਕੇ ਭੱਜ ਗਏ, ਅਤੇ ਅੱਜ ਆਈ ਨਾ ਅਤੇ ਮੋਬਾਈਲ 'ਤੇ ਲੈ ਕੇ ਨੱਠ ਗਏ ਆ ਜੀ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ, 9876349499 'ਤੇ ਫੋਨ ਕਰੋ, 9876349499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9876349499।